ਬਣ ਗਈ ਦਿਹਾੜੀ। ਇੱਧਰ ਪਾਪਾ ਬੋਰੇ ਬਣਾਈ ਜਾਂਦੇ ਆ ਤੇ ਉਹਨੇ ਦਿਖਾਉਣੇ ਆ ਸਾਨੂੰ ਕਿਵੇਂ ਭਰਦੇ ਆ ਤੇ ਕਿੰਨੀ ਕਣਕ ਇਹਦੇ ਚ ਪੈ ਜਾਂਦੀ ਆ। ਹਾਂ ਬਾਲਟੀਆਂ ਨਾਲ ਤੂੰ ਤਾਂ ਵਿੱਚ ਪਾਉਂਦੇ ਲੋਕ ਇਹਦੇ। ਅੱਛਾ ਕੀ ਤੇ ਤਿੰਨ ਬੋਰੇ ਭਰਤੇ ਨੌਜਵਾਨਾਂ ਨੇ। ਆਹ ਵੀ ਬੜੀ ਕੰਮ ਦੀ ਚੀਜ਼ ਬਣਾਈ ਆ। ਪਹਿਲਾਂ ਆਹ ਬਹੁਤ ਦਿੱਕਤ ਆਉਂਦੀ ਹੁੰਦੀ ਸੀ ਬਈ ਟਰਾਲੀ ਵਗੈਰਾ। ਗਰਦ ਠਾਣੀ ਹੈ, ਗਰਦ ਠਾਣੀ ਹੈ। ਟਰਾਲੀ ਰੁੱਸ ਗਈ, ਪੰਪ ਤਾਂ ਖੜਾ ਰਹਿ ਗਿਆ ਤੇ ਉਦੋਂ ਤੁਸੀਂ ਕੀ ਕਰਨਾ ਗਾ, ਫੱਟੀ ਕੱਢ ਦਿਓ। ਹਾਏ ਐਂ ਠਾਉਂਦੇ ਆ ਬਈ ਗਰਦ ਤਾਰੀ ਹੋਰੇ। ਤੇ ਇੱਕ ਦੋ ਵੀਰ ਕਹਿੰਦੇ ਬਈ ਕੀ ਖਾਧਾ, ਕਈ ਤਾਂ ਪੋਜ਼ਿਟਿਵ ਸੀਗੇ, ਇੱਕ ਦੋ ਬਈ ਨੈਗੇਟਿਵ ਵੀ ਸੀ। ਕਹਿੰਦਾ ਮੈਂ ਤਾਂ ਰਹਿ ਗਿਆ, ਕਹਿੰਦਾ ਸੰਨੀ ਰਲਾ ਤੂੰ ਮੈਨੂੰ ਦਿਖਾਇਆ ਨੀਗਾ ਤੇ ਦੇਖੋ। ਵਾਹਿਗੁਰੂ ਤੂੜੀ ਦੇ ਢੇਰ ਹਜੇ ਮੱਥੇ ਲੱਗਣੇ ਲਿਖੇ ਹੋਏ ਆ ਥੋੜ੍ਹੇ ਦਿਨ ਨੌਜਵਾਨਾਂ ਦੇ, ਤੇ ਨੇਂ 'ਚ ਕੱਢੀ ਜਾਂਦੇ ਆ ਗੇੜੇ ਤੇ ਹੁੰਦੇ ਫਿਰਦੇ ਆ ਤੂੜੀ ਦੇ ਨੇੜੇ। ਤੇ ਗੁਆਂਢੀ ਮਿੱਤਰ ਕਾਲੇ ਨੂੰ ਕਿਹਾ ਸੀਗਾ ਕਿ ਬਈ ਤੂੜੀ ਬਣਾ ਦੀਆਂ ਨੇਂ ਵਾਲੀ, ਤਾਂ ਖੜੇ ਖੜੇ ਮੈਂ ਤੇ ਛੱਤੂ ਬੋਰੇ ਭਰਨ ਦੀ, ਕਣਕ ਵਾਲੇ ਬੋਰੇ ਭਰਨ ਦੀ ਸਲਾਹ ਕਰਦੇ ਕਰਦੇ ਕੀ ਕਹਿੰਦਾ ਮਾੜਾ ਨੇਂ 'ਚ ਗੇੜੇ ਦੇ ਜੇ ਟਾਂਗਰ ਦੇਖਾਈਏ ਕਿਵੇਂ। ਮੈਂ ਕਿਹਾ ਆ ਜਾ ਭਾਈ, ਤੇ ਫਿਲਹਾਲ ਵੇਖਦੇ ਹਾਂ ਅਗਲੀ ਗੱਲਬਾਤ। ਫਿਰ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਆ ਆਪਣੇ ਅੱਜ ਦੇ ਨਵੇਂ ਬਲੌਗ 'ਚ। ਅੱਜ 16 ਵੈਸਾਖ 28 ਅਪ੍ਰੈਲ ਸਾਲ 2024 ਐਤਵਾਰ ਦਾ ਦਿਨ, ਤੇ ਅੱਜ ਥੋੜ੍ਹਾ ਜਿਹਾ ਕੰਮ ਘੱਟ ਹੋਣ ਕਰਕੇ ਥੋੜ੍ਹਾ ਜਿਹਾ ਸਾਹ ਜਿਹਾ ਮਿਲਿਆ ਹੋਇਆ ਸੀ, ਤਾਂ 10 ਲੇਟ ਉੱਠੇ ਆ ਅਤੇ ਰਾਤ ਵੀ ਮੈਂ 9 ਵਜੇ ਪੂਰਾ ਲਾਮ ਲੇਟ ਹੋ ਗਿਆ ਸੀ। 9 ਵਜੇ ਪੂਰੀ ਨੀਂਦ ਚੜ੍ਹ ਗਈ, ਸਹੀ 9 ਵਜੇ ਸੌਂ ਗਿਆ ਸੀ ਅਤੇ 8:22 'ਤੇ ਉੱਠਿਆ, ਲਗਭਗ 11.5 ਘੰਟੇ ਸੌਂ ਗਿਆ। ਅਤੇ ਅੱਜ ਪੂਰੀਆਂ ਉਹ ਭੋਲਾਂ ਲਾ ਲਈਆਂ ਬੇਬਰ ਦੇ ਕਹਿਣਾ ਉਹ ਸੌਣ ਵਾਲੀਆਂ, ਅਤੇ ਨਜ਼ਾਰਾ ਆਇਆ ਕਾਫੀ ਦਿਨਾਂ ਤੋਂ ਬਾਅਦ ਚੱਜ ਨਾਲ ਸੁੱਤੇ ਹਾਂ। ਪਹਿਲਾਂ 10:30-11 ਵਜੇ ਘਰ ਆਉਂਦੇ ਸੀ ਖੇਤ ਤੋਂ, ਮਸ਼ੀਨ ਤੋਂ, ਅਤੇ ਫਿਰ ਵੀਡੀਓ ਬੁੜੀ ਵਾਲਾ ਕੰਮ ਨਿਬੇੜਦੇ ਕਰਦੇ 12:30-12 ਹੋ ਜਾਂਦੇ ਸੀ, ਫਿਰ ਉਹੀ 4:15-4 ਉੱਠ ਜਾਂਦੇ ਸੀਗੇ। ਅਤੇ ਖੈਰ ਇੱਕ ਦੋ ਕੁ ਦਿਨਾਂ ਦਾ ਸੀਜ਼ਨ ਹਜੇ ਆਪਣਾ ਤੂੜੀ ਵਾਲਾ ਲਮਕੂ ਹੈਗਾ। ਅਤੇ ਧੰਨਵਾਦ ਬਾਈ ਵੀਡੀਓ 'ਤੇ ਕਲਿੱਕ ਕਰਨ ਵਾਸਤੇ, ਅੰਡ ਤੱਕ ਲਾ ਜ਼ਰੂਰ ਦੇਖਿਓ। ਪਿੰਡਾਂ ਵਾਲਾ ਦੇਸੀ ਪ੍ਰਦੇਸੀ ਮਾਹੌਲ, ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਿਣਾ ਸਾਂਝੀ, ਜਿਹੜੀ ਤੁਸੀਂ ਘਰ ਪਰਿਵਾਰ ਵਿੱਚ ਬੈਠ ਕੇ ਵੇਖ ਸਕਦੇ ਹੋ। ਅਤੇ ਸਬਸਕ੍ਰਾਈਬ ਕਰ ਲਿਓ, ਨਵੇਂ ਆਏ ਤਾਂ ਫੋਲੋ ਵੀ ਲਾਜ਼ਮੀ ਕਰ ਲਿਓ। ਫੇਸਬੁੱਕ ਪੇਜ 'ਤੇ ਦੇਖ ਰਹੇ ਹੋ ਤਾਂ, ਅਤੇ ਨੌਜਵਾਨ ਇਹਨੂੰ ਫਿਰ ਫੜਿਆ ਸੀ ਫੋਨ ਕਰਕੇ, ਸੱਦਿਆ ਸੀ ਆਪਾਂ ਭਰਨੇ ਸੀ ਕਣਕ ਵਾਲੇ ਬੋਰੇ। ਬਹੁਤੇ ਵੀਰਾਂ ਨੂੰ ਪਤਾ ਹੋਊ ਸਾਡੇ ਏਰੀਆ ਵਾਲਿਆਂ ਨੂੰ ਕਣਕ ਵਾਲੇ ਬੋਰੇ, ਅਤੇ ਇੱਕ ਪੱਲੀ ਦਾ ਬੋਰਾ ਬਣਾ ਲੈਣਾ ਇਹਨਾਂ ਦੂਰੀ ਕਰਕੇ, ਜਿਵੇਂ ਪੱਲੀ ਸਿਉਂਲੀ ਉਹੋ ਜਿਹੀ ਗੱਲਬਾਤ ਹੁੰਦੀ ਆ। ਅਤੇ ਹੁਣ ਕੰਮ 2 ਜਿੱਤੀ ਜੀ 'ਚ ਹੋ ਰਿਹਾ ਉਹ ਵੀ, ਅਤੇ ਥੋੜ੍ਹੀ ਜਿਹੀ ਤੂੜੀ ਇਹਨੇ ਅਗਲੇ ਖੇਤੋਂ ਵੀ ਬਣਾਉਣੀ ਸੀਗੀ 2 ਕਿੱਲੇ, ਅਤੇ ਜੇ ਤਾਂ ਉਹ ਬਣਾਉਣ ਜਾਣੀ ਪਈ ਫਿਰ ਤਾਂ ਬੋਰਿਆਂ ਵਾਲੀ ਰੇਟ ਟਾਲ ਵੀ ਸਕਦੇ ਹਾਂ, ਨਹੀਂ ਭਰ ਦਾਂਗੇ। ਹਾਂ ਅਤੇ ਨਹੀਂ ਹੁਣ ਬੋਰੇ ਭਰ ਦਾਂਗੇ, ਕਿਉਂਕਿ ਹਜੇ ਉਹ ਕਾਲੇ ਹੋਰੇ ਕਿਸੇ ਦੇ ਗਏ ਆ, 3-4 ਟਰਾਲੀਆਂ ਬਣਾਉਣੀਆਂ ਸੀ ਨਹਿਰੋ ਪਾਰ ਖੇਤ ਜਾਂ, ਅਤੇ ਘੰਟੇ ਦਾ ਕੰਮ ਆ, ਨਹੀਂ ਅਸੀਂ ਬੋਰੇ ਹੀ ਭਰ ਸਕਦੇ ਉਦੋਂ ਤੱਕ। ਠੀਕ ਹੈ, ਤੇਰੀ ਸਤਿ ਸ਼੍ਰੀ ਅਕਾਲ ਰਹੇਗੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਛੱਤੂ ਆਪਣੇ ਚਾਚੇ ਦਾ ਮੁੰਡਾ ਦੇ ਨਾਲ ਹੀ ਬਾਬਾ ਜੀ ਦਰਸ਼ਨ ਕਰਾ ਦਈਏ ਇੱਧਰੋਂ ਗੁਰਦੁਆਰਾ ਸਾਹਿਬ ਆਪਣੇ ਪਿੰਡ ਦੇ, ਸਤਨਾਮ ਸ਼੍ਰੀ ਵਾਹਿਗੁਰੂ। ਚੱਲੀਏ ਨੌਜਵਾਨਾਂ, ਅਤੇ ਇੱਥੇ ਬਣਾਉਣੀਆਂ ਨੇ ਜਿਹੜੀ ਤੂੜੀ ਉਹਨਾਂ ਤੋਂ, ਇਹ ਕੰਮ ਹਜੇ ਡਿੱਗੀ ਪਿਆ ਸੀ, ਰਹਿੰਦਾ ਲਮਕਦਾ ਆਪਣਾ। ਅਤੇ ਆਪਣੇ ਵਾਲੇ ਚੋਬਰ ਉੱਥੇ ਪ੍ਰਾਹੁਣਾ ਸਾਹਿਬ ਕੋਲ ਤੂੜੀ ਬਣਾਉਣ ਗਏ ਸੀ, ਮਸ਼ੀਨ ਫਿਰ ਕਹਿੰਦੇ ਉੱਥੇ ਖੜਾਇਆ ਆਵਾਂਗੇ ਤੁਸੀਂ, ਜੇ ਇਹ ਗੁਆਂਢੀ ਮਿੱਤਰ ਤੋਂ ਕਿਸੇ ਤੋਂ ਬਣਵਾ ਲਵੋ ਤੂੜੀ। ਅਤੇ ਅਸੀਂ ਕਿਹਾ ਚੱਲ ਵੀ ਇੰਨੇ ਕੁ ਵੀ ਤੁਸੀਂ ਨਾ ਭੱਜੋ, ਅਤੇ 1-2 ਵੀਰਾਂ ਦੀ ਹੋਰ ਰਹਿੰਦੀ ਸੀ 2-2 ਕਿੱਲੇ, ਉਹਨਾਂ ਨੂੰ ਵੀ ਕਹਿਤਾ ਸੀ ਯਾਰ ਤੁਸੀਂ ਇਸ ਤੋਂ ਬਣਵਾ ਲਓ, ਕਿਉਂਕਿ ਮਸ਼ੀਨ ਆਉਣ ਲੱਗ ਵਿਹਲਿਆਂ ਵਰਗੀਆਂ ਹੋ ਗਈਆਂ ਤੂੜੀਆਂ ਸਾਰਿਆਂ ਬਣ ਗਈਆਂ। ਅਤੇ ਖੈਰ ਫਿਲਹਾਲ ਘਰੇ ਚੱਲਦੇ ਹਾਂ ਅਤੇ ਚਾਹ ਦੀ ਘੁੱਟ ਘੁੱਟ ਪੀਂਦੇ ਹਾਂ ਅਤੇ ਅਗਲਾ ਕੰਮ ਕਰਦੇ ਹਾਂ ਸ਼ੁਰੂ। ਠੀਕ ਹੈ ਬਾਈ, ਗੱਗੂ ਦਾ ਤੂੜੀ ਵਾਲਾ ਵੀ ਪੁੱਤ ਤਾਂ, ਖੈਰ ਥੋੜ੍ਹੀ ਤੂੜੀ ਹੋਰ ਪਊਗੀ ਇਹਦੇ। ਚਲੇ ਤਾਜ ਠਹਿਰ ਜਾ ਕੇ ਨਾ, ਮੈਂ ਫੜਵਾਉਣਾ ਕੋਕੜਾ। ਇੱਥੇ ਮਾਰੀ ਜਾਂਦਾ ਤੂੰ ਹੋਰ ਹੀ ਦਿੰਦਾ
ਉਹ ਪਿਆ ਪਿਆ ਹਾਂ ਕੋਈ ਨਹੀਂ ਚੱਕ ਕੀ ਪਿਆ ਅੰਡਾ ਆ ਫਿਰ ਦੇਖੀ ਜਾਊਗੀ ਤੂੰ ਮੈਨੂੰ ਫੜਾ ਹੁੰਡੀ ਫੜਾ ਉਰੇ ਛੱਡ ਕਿੱਥੇ ਜੀ ਆ ਸਵੇਰੇ ਆ ਗਏ ਤੇ ਨਹੀਂ ਪੁੱਤਰ ਮੈਂ ਤਾਂ ਚਾਹ ਪੀਨਾ ਜਾ ਕੇ ਲੈ ਤਾਂ ਲੱਸੀ ਪੀ ਲਾ ਲੱਸੀ ਪੀ ਲੋ ਗਾਇਸ ਨੂਣ ਨੀ ਬਾਲਾ ਪਾ ਰੱਖਿਆ ਹੋਰ ਚਾਚਾ ਆ ਲਵੇੜ ਤੇ ਖੁੰਡੀ ਯਾਰ ਚਾਚਾ ਪੀਨੀ ਆ ਇਹਦੇ ਚ ਭਾਈ ਉਹੀ ਮਸਾਲੇ ਸੱਪੇ ਵੱਧ ਪਾਏ ਹੋਏ ਆ ਚਾਚੇ ਨੇ ਨੂਣ ਚ ਕੀ ਕੁਛ ਪਾਇਆ ਹੋਇਆ ਚਾ ਛੇ ਸੱਤ ਚੀਜ਼ਾਂ ਰਲਾਈਆਂ ਹੋਈਆਂ ਕਹਿੰਦੇ ਹਾਂ ਮਾਸੀ ਕੀ ਕਰਦਾ ਲਿਆ ਮੈਨੂੰ ਫੜਾ ਲਿਆ ਭੰਨ ਦੇਗਾ ਮੈਂ ਰੱਖ ਦਿੰਦਾ ਗਾ ਰੱਖਿਆ ਪੁੱਤ ਅੰਦਰ ਉਹ ਬੱਲੇ ਬੱਲੇ ਦੋ ਢਾਈ ਹਫ਼ਤਿਆਂ ਬਾਅਦ ਅੱਜ ਆਹ ਚੋਰੀ ਮੋਰੀ ਵਿਚਦੀ ਲੰਘਦੇ ਹਾਂ ਅਤੇ ਜਿਹਦਾ ਕੰਮ ਸ਼ੁਰੂ ਹੋਇਆ ਸੀ ਉਦਣ ਦੇ ਕੰਮ 'ਚ ਹੀ ਭੱਜੇ ਫਿਰਦੇ ਸੀ ਚਾਹ ਦੀ ਘੁੱਟ ਬਣਾ ਲਈ ਆਪਾਂ ਅਤੇ ਇੱਧਰ ਪਾਪਾ ਬੋਰੇ ਬਣਾਈ ਜਾਂਦੇ ਆ ਅਤੇ ਸਾਡੇ ਪਹਿਲਾਂ ਵਾਲੇ ਬੋਰੇ ਇੱਕ ਉੱਥੇ ਗਏ ਇੱਕ ਇੱਧਰ ਕਦੋਂ ਕਣਕ ਥੱਲੇ ਆ ਗਏ ਅਤੇ ਇੱਕ ਦੇੜਤਾ ਸੀ ਮਾਤਾ ਨੇ ਅਤੇ ਇੱਕ ਕਿੱਧਰ ਗਿਆ ਮੰਮੀ ਚਾਰ ਬੋਰੇ ਭਰਦੇ ਹੁੰਦੇ ਆ ਤੇ ਉਹਨੇ ਦਿਖਾਉਣੇ ਸਾਨੂੰ ਕਿਵੇਂ ਭਰਦੇ ਆ ਤੇ ਕਿੰਨੀ ਕਣਕ ਇਹਦੇ ਚ ਪੈ ਜਾਂਦੀ ਆ ਆਇਆ ਭਾਈ ਆਇਆ ਲੰਘਿਆ ਆਹ ਲੱਤ ਲਿਆ ਪਲਾਣਾ ਭਾਈ ਇਹ ਇਹ ਪਲਾਣਾ ਹੁੰਦਾ ਬਾਈ ਹਾਂ ਇਹ ਜੱਟੂ ਪਲਾਣਾ ਪਹਿਲਾਂ ਉੱਠਾਂ ਵਾਲੇ ਹੁੰਦੇ ਸੀ ਹੁਣ ਇਹ ਬੰਦਿਆਂ ਦੇ ਹੈਗੇ ਹਾਂ ਠੀਕ ਹੈ ਲਾਲ ਉੱਠਾ ਹੁਣ ਤੇਰੇ ਕੋਲੇ ਪੁਰਾਣੇ ਜ਼ਮਾਨੇ ਦਾ ਇਹ ਬਹੁਤ ਘੈਂਟ ਉੱਠਾ ਬਾਈ ਸਤਿ ਸ਼੍ਰੀ ਅਕਾਲ ਨਾ ਬੁਲਾ ਚੱਲ ਕੋਈ ਗੱਲ ਨਹੀਂ ਮੈਨੂੰ ਪਤਾ ਤੂੰ ਖਿੱਚ ਚ ਆ ਗਏ ਕਿਹੜੇ ਸਪਰੇ ਕਰਦੇ ਹੋ ਬਾਈ ਹੋਰ ਠੀਕ ਆ ਇਹ ਭਾਈ ਚੋਬਰ ਸੀ ਢਿੱਲੋਂ ਕੋਈ ਗੱਲ ਨਹੀਂ ਹੱਥ ਛੱਡ ਵੀ ਨਾ ਤੂੰ ਤੈਨੂੰ ਕਹਿੰਦੇ ਨੀ ਗੇ ਤੇ ਹਾੜੀ ਤੋਂ ਬਾਅਦ ਮਾਗਰੀ ਮੂੰਗੀ ਬਾਕੀ ਬਜਾਈ ਵਾਲੇ ਨੂੰ ਵੱਢ ਦੇਵਾਂਗੇ ਥੋੜੀ ਜਿਹੀ ਭੱਜ ਦੌੜ ਤਾਂ ਵੱਧ ਜਾਂਦੀ ਹੈਗੀ ਬਾਕੀ ਤੈਨੂੰ ਬਾਅਦ ਚ ਪਤਾ ਲੱਗੂ ਦੱਸੀ ਨਤੀਜਾ ਕਿਵੇਂ ਵੱਟਾਂ ਵਾਲੀ ਮੂੰਗੀ ਦਾ ਠੀਕ ਹੈ ਚੱਲ ਤੂੰ ਛਿੜਕ ਜਾ ਕੇ ਪੈਂਡੀ ਹੈ ਨਾ ਹਾਂ ਤੇਰੇ ਕੱਖ ਨਹੀਂ ਉੱਗਰਦੇ ਫਿਰ ਚੰਗਾ ਲੋਟ ਆ ਸੀ ਵੀ ਕੰਮ ਖਿੱਚ ਜਾ ਉਹ ਬੋਰੇ ਸਿਉਣ ਲਾਇਆ ਸੀ ਪਾਪਾ ਯਾਰ ਉਹ ਪਾਪਾ ਕਹਿੰਦਾ ਮੇਰੇ ਦਾ ਇਹਦੇ ਨਾਲ ਕੰਮ ਠੀਕ ਨਹੀਂ ਆਉਂਦਾ ਉਹ ਮਸ਼ੀਨ ਚੱਕ ਕੇ ਲਿਆਉਣੇ ਨਿੱਕੇ ਚਾਚੇ ਵਾਲੇ ਪਾਸੇ ਪਈ ਆ ਬੋਰੇ ਸਿਉਣੇ ਆ ਕਣਕ ਭਰਨ ਵਾਲੇ ਨਾ ਨਾ ਆਪਦੀ ਹੈਗੀ ਆ ਮਸ਼ੀਨ ਉਹ ਚਾਚੇ ਵਾਲੇ ਪਾਸੇ ਪਈ ਆ ਕੱਪੜੇ ਸਿਉਣ ਵਾਲੀ ਮਸ਼ੀਨ ਯਾਰ ਹੂੰ
ਚਾਚਾ ਤਕੜੀ ਮਾਸੀ ਸਤਿ ਸ੍ਰੀ ਅਕਾਲ ਕਿੰਨੇ ਦਿਨਾਂ ਬਾਅਦ ਆਇਆ ਰੋਟੀ ਕਰਿਆ ਨਾ ਮੰਮੀ ਠੀਕ ਆ ਮੈਂ ਮਸ਼ੀਨ ਲੈ ਕੇ ਜਾਣੀ ਆ ਉਹ ਬੋਰੇ ਜਿਹੇ ਸਿਉਣੇ ਹੈਗੇ ਸੀ ਤਿੰਨ ਚਾਰ ਤਿੰਨ ਕੁ ਕਿਹੜੇ ਪਾਸੇ ਪਈ ਆ ਚੜ੍ਹਦੀ ਗਲਾ ਚੜ੍ਹਦੀ ਗਲਾ ਠੀਕ ਹੈ ਚਲੋ ਬਈ ਹਾੜੀ ਤੋਂ ਬਾਅਦ ਅਗਲਾ ਕੰਮ ਤਵੀਆਂ ਹਾਲ ਕਰਾਹੇ ਸੁਹਾਗੇ ਅਤੇ ਖਿੱਚਾ ਧੂਈ ਹੋ ਜਾਂਦੀ ਹੈ ਅਤੇ ਇੱਧਰ ਛੱਤੂ ਗਿਆ ਸੀ ਘਰੇ ਅਤੇ ਇਹਨੂੰ ਡਿੱਕੀ ਜਾਂਦਾ ਮੈਂ ਇਹਨੂੰ ਲੱਗਦਾ ਸੀ ਟਾਈਮ ਨਾਲ ਹੀ ਬੋਰੇ ਸਮਾ ਦਿਆਂਗੇ ਜਾ ਕੇ ਉਹਨੂੰ ਮਸ਼ੀਨ ਵਾਲੇ ਆ ਜਾਣਗੇ ਤੂੜੀ ਬਣਾਉਣ ਵਾਲੇ ਬੱਲੇ ਖਾਇਆ ਬੈਠ ਕਰ ਬਣ ਡਰਾਈਵਰ ਮਸ਼ੀਨ ਰੱਖਣਾ ਮੋਟਰਸਾਈਕਲ ਤਾਂ ਅੱਗੇ ਲਾ ਦੇ ਲਓ ਮੈਂ ਆ ਗਈ ਮਸ਼ੀਨ ਸਿਉਂਤਾ ਸੀ ਭਾਪੇ ਨੇ ਪਹਿਲਾਂ ਇੰਨਾ ਕੁ ਇੱਕ ਪਾਸਾ ਇਹ ਵੀ ਠੀਕ ਹੈ ਕੰਮ ਫਿਰ ਮੱਥਾ ਮਾਰੀ ਕਾਹਨੂੰ ਕਰਨੀ ਹੈ ਜਦੋਂ ਕਹਿੰਦੇ ਮਸ਼ੀਨ ਨਹੀਂ ਹੈਗੀ ਆ ਪਰ ਪਈ ਚੱਚ ਕੇ ਘਰੇ ਸੀਗੀ ਅਤੇ ਚੱਕ ਲਿਆਂਦੇ ਅਤੇ ਆਹ ਦੇਸੀ ਕੰਮ ਪਹਿਲਾਂ ਵਾਲਾ ਇਹ ਸਿਰੇ ਹੀ ਹੁੰਦਾ ਇਹ ਕੰਮ ਲੋੜ ਸੀਗਾ ਅਤੇ ਇਹ ਸਿਉਣ ਮਾਰੀ ਮਸ਼ੀਨ ਦੀ ਹਲੇ ਉੱਧੜ ਜੇ ਪਰ ਆਹ ਕੰਮ ਨਹੀਂ ਉੱਧੜਦਾ ਹੁੰਦਾ ਸੀੜੇ ਵਾਲਾ ਅਤੇ ਖੈਰ ਉਹਨੇ ਇੱਕ ਅੱਧਾ ਬੋਰਾ ਪਿਆ ਉਹ ਭਰਨ ਲੱਗਦੇ ਹਾਂ ਹਾਂ ਬਾਲਟੀਆਂ ਨਾਲ ਬੋਰਾ ਆਪਣਾ ਫੜੂ ਕੌਣ ਬੋਰੇ ਕੋਈ ਲੈ ਪਹਿਲਾਂ ਇਹਨੂੰ ਮੋੜ ਦਈਏ ਇਹ ਪਿਛਲੇ ਸਾਲ ਵਾਲੇ ਬੋਰੇ ਜਿਹੜੇ ਭਰਦੇ ਹੁੰਦੇ ਸੀ ਪਹਿਲਾਂ ਕਈ ਸਾਲਾਂ ਦੇ ਬਣਾਏ ਹੋਏ ਆ ਅਤੇ ਇਹ ਬੋਰੇ ਦਾ ਸਿਸਟਮ ਕੀ ਹੁੰਦਾ ਇੱਕ ਸਾਬਤੀ ਪੱਲੀ ਜਿਵੇਂ ਆਪਣੀ ਚਾਰ ਗੱਟਿਆਂ ਦੀ ਬਣੀ ਹੁੰਦੀ ਆ ਅਤੇ ਉਹਨੂੰ ਦੂਰੀ ਕਰਕੇ ਮੰਨ ਲਓ ਸਿਉਣ ਲਈ ਉਹੀ ਸਿਸਟਮ ਹੁੰਦਾ ਇਹਦੇ 'ਚ 12-12.5 ਮਣ ਕਣਕ ਇੱਕ ਬੋਰੇ 'ਚ ਪੈ ਜਾਂਦੀ ਆ ਉਹ ਤਾਂ ਢੋਲ ਬਣਵਾਉਣਾ ਸੀ ਐਤਕੀ ਫਿਰ ਤੁਹਾਨੂੰ ਪਤਾ ਹੀ ਹੈਗਾ ਗੱਲ ਫਿਰ ਅਗਲੇ ਸਾਲ 'ਤੇ ਛੱਡ ਦਿੱਤੀ ਕਿ ਐਤਕੀ ਫਿਰ ਇਹੀ ਭਰ ਲੈਂਦੇ ਹਾਂ ਪਹਿਲਾਂ ਜਾਣ ਕੇ ਲਾਉਂਦਾ ਕੋਈ ਦੁੱਖੀ ਲਾ ਢੋਲ ਬਣਾ 50 ਮਣ ਵਾਲਾ ਇੱਥੇ ਆਏ ਕਿਹੜਿਆ ਗੱਟਿਆਂ 'ਚ ਕਣਕ ਪਵਾਈ ਜਾਂਦੇ ਢੋਲ ਇੱਕ ਤੈਨੂੰ ਕੋਈ ਗੱਲ ਨਹੀਂ ਢੋਲ ਵੀ ਭਰਵਾਵਾਂਗੇ ਤਿੱਥੋਂ ਯਾਰ ਪੂਰੀ ਰੀਝ ਲਵਾਵਾਂਗੇ ਅਤੇ ਉਹਨੇ ਬਸ ਡੰਗ ਜਿਹਾ ਲਾਹ ਲਈਦਾ ਆਪਦਾ ਜੱਟੂ ਸੌਦਾ ਕਰਕੇ ਅਤੇ ਇੱਕ ਪਹਿਲਾਂ ਇਸ ਤੋਂ ਪਹਿਲਾਂ ਜਿਹੜੇ ਸਿਸਟਮ ਹੁੰਦੇ ਸੀ ਬੁਖਾਰੀਆਂ ਬਣਾਉਂਦੇ ਹੁੰਦੇ ਸੀ ਜਿਵੇਂ ਉਹ ਖੂੰਜੇ 'ਚ ਕੰਧ ਡੱਬੀਦਾਰ ਕੰਧ ਬਣਾ ਕੇ ਇੱਕ ਅਤੇ ਉਹਦੇ 'ਚ ਕਣਕ ਪਾ ਲਈ ਉਹ ਬੁਖਾਰੀਆਂ ਹੁੰਦੀਆਂ ਸੀ ਪਹਿਲਾਂ ਉਹਨਾਂ 'ਚ ਕਣਕ ਪਾਉਂਦੇ ਹੁੰਦੇ ਸੀਗੇ ਫਿਰ ਆਹ ਸਾਡੇ ਵਾਲੇ ਪਾਸੇ ਆਹ ਬੋਰੇ ਬਣਾ ਲੈਂਦੇ ਹੁੰਦੇ ਆ ਬੋਰਿਆਂ 'ਚ ਬਹੁਤ ਪਾਉਂਦੇ ਹੈਗੇ ਬੋਰਾ ਪਹਿਲਾਂ ਉੱਥੇ ਧਰ ਕੇ ਇਹਦੇ 'ਚ ਇੱਦਾਂ 3-4 ਮਣ ਪਾ ਕੇ ਅਤੇ ਆਪਾਂ ਇੱਧਰ ਖਿੱਚ ਲਿਆਉਂਦੇ ਹਾਂ ਚੱਲ ਆਪਣੇ ਇੱਕ ਦੋ ਵੀਰ ਪੁੱਛਦੇ ਕਿ ਟੋਕਰੇ ਬਾਈ ਕਿਹੋ ਜਿਹੇ ਬਣ ਗਏ ਉਹ ਇਹ ਕਣਕ 'ਚ ਝੜਨਗੇ ਹੁਣ ਇਹ ਅੱਛਾ ਕੀ ਤੇ ਟੋਕਰੇ ਭਾਈ ਜਮਾ ਜਾਣ ਬੂਟੀਆਂ ਵਾਲੇ ਓਕੇ ਰਿਪੋਰਟ ਹੈਗੀ ਤੇ ਆ ਪੱਤੇ ਜੇ ਸੁੱਕ ਗਏ ਆਪੇ ਝੜ ਜਾਣਗੇ ਇਹ ਤੇ ਲੈ ਛੱਤੂ ਮਾਰ ਚਾਰ ਕੁ ਬਾਲਟੀਆਂ ਦੇ ਜ਼ਹਿਰ ਬਣ ਕੇ ਘਰ ਬੋਣੀ ਵਾਹਿਗੁਰੂ ਚੱਕਣਾ ਸ੍ਰੀ ਵਾਹਿਗੁਰੂ ਬਾਲਟੀ ਗਿੱਲੀ ਸੀ ਮਿੱਤਰਾ ਕੁਛ ਨਹੀਂ ਹੁੰਦਾ ਬਾਲਟੀ ਨੂੰ ਕੀ ਹੁੰਦਾ ਗਿੱਲੀ ਨੂੰ ਪਾਣੀ ਫਿਰਦਾ ਉਹ ਡੋਲ ਕੇ ਆਇਆ ਉਹ ਇੱਥੋਂ ਮਾਰ ਛੱਲ ਜੀ ਯਾਰ ਤੂੰ ਇੱਕ ਤਾਂ ਵਹਿਮੀ ਵਾਲਾਂਗਾ ਬੰਦਾ ਯਾਰ ਬੋਣੀ ਤਾਂ ਫਿਰ ਮੈਨੂੰ ਕਰ ਲੈਂਦੇ ਵਾਹਿਗੁਰੂ
ਬਸ ਤੁਸੀਂ ਜਾਦੂ ਕਰ ਲਿਆ। ਤਿੰਨ ਬੋਰੇ ਭਰਤੇ ਨੌਜਵਾਨਾਂ ਨੇ 35-36 ਮਣ ਕਣਕ ਇਹਦੇ 'ਚ ਪਾਤੀ, ਤਿੰਨਾਂ 'ਚ ਇੱਕ ਬੋਰਾ ਹੋਰ ਭਰਨ ਵਾਲਾ ਪਿਆ ਗਾ ਅਤੇ ਉਹ ਥੱਲੇ ਆ ਰਹੇ ਇੱਧਰ ਕਣਕ ਦੇ, ਅਤੇ ਫਿਰ ਚੱਕ ਲਾਂਗੇ ਮਗਰੋਂ ਉਹ ਭਰ ਦਾਂਗੇ। ਅਤੇ ਤਿੰਨ ਬੋਰੇ ਐਨ ਜਮ੍ਹਾਂ ਟਾਇਟ ਫਾਇਟ ਕਰਤੇ ਆ ਅਤੇ ਕੰਮ ਚੱਲ ਜੂਗਾ। ਤਿੰਨਾਂ ਬੋਰੇ 'ਚ ਮਤਲਬ 48-50 ਮਣ ਹੋ ਜੂ ਚਾਰਾਂ 'ਚ, ਚਾਰੇ ਭਰ ਕੇ ਇੱਕ ਹੋਰ ਰੱਖ ਦਾਂਗੇ ਇੱਥੇ ਅਤੇ ਸਾਂਭੀ ਕੇਰਾਂ ਕਣਕ ਇਹਦੇ ਨਾਲ ਅਤੇ ਲੋਟ ਆ ਕੰਮ। ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਸੀਂ ਇਹੋ ਜਿਹੇ ਬੋਰੇ ਕਦੇ ਦੇਖੇ ਆ ਜਾਂ ਭਰੇ ਆ ਜਾਂ ਨਹੀਂ ਭਰੇ। ਅਤੇ ਇਹਨਾਂ ਦੇ ਮੂੰਹ ਸਿਉਂਦੇ ਆਗੇ ਹੁਣ ਉੱਤੋਂ, ਮੂੰਹ ਸਿਉਂਦੇ ਕਰਤੇ ਇੰਨੀ ਇੰਨੀ ਕਣਕ ਇਹਨਾਂ 'ਚ ਪਾਤੀ ਜਮਾਨ। ਬਸ ਕੋਕੇ ਰਿਪੋਰਟ ਆ ਕੰਮ, ਪੂਰੀ ਪੂਰੀ ਕਣਕ ਪਾਈ ਆ। ਦੇਖਾਂ ਦੀ ਸਕੀਮ ਕਰਦਾ। ਚਲੋ ਚਲੋ ਚਲੋ, ਬੋਰੇ ਭਰਨ ਦੀ ਅਪਾਰ ਸਫਲਤਾ ਤੋਂ ਬਾਅਦ ਨੌਜਵਾਨ ਫਿਰ ਆ ਗਿਆ ਛੱਤੂ ਕੇ ਬਾਰ ਗਏ ਅਤੇ ਡਿਊਟੀ ਲਾਉਣੀ ਆ ਉੱਥੇ ਤੂੜੀ ਬਣਾਉਣ 'ਤੇ ਆਈ ਜਾਂਦੇ ਟਰੈਕਟਰ ਵਾਲੇ ਦੇ। ਇੱਧਰੋਂ ਵੀ ਟਰੈਕਟਰ ਤਿਆਰ ਕਰਕੇ ਖੜਾਇਆ ਪਿਆ ਹੈਗਾ। ਤਕੜੀ ਆ ਮਾਸੀ, ਵੀਡੀਓ ਬਣਾ ਲਾ। ਸਤਿ ਸ਼੍ਰੀ ਅਕਾਲ ਮਾਸੀ, ਠੀਕ ਹੋ? ਵਧੀਆ ਵਧੀਆ, ਕੋਈ ਨਾ। ਦੁਪਹਿਰੇ ਹੀ ਕਹਿੰਦੇ ਹੈਗੇ ਕੰਮ ਕਾਰ ਕਰਨ ਵਾਲਿਆਂ ਤਾਂ ਹੁੰਦੇ ਰਹਿੰਦੀਆਂ ਧੁੱਪਾਂ ਛਾਵਾਂ। ਉਹ ਬਈ ਗੱਲ ਹੀ ਕੋਈ ਨੀ ਯਾਰ, ਹੋਰ ਦੱਸ ਕੀ ਸੇਵਾ ਕਰੀਏ। ਬੇਬੇ ਹਾਂਜੀ, ਗੁੱਸਾ ਜਮੀ ਨੀ ਕਰਦੇ, ਬਸ ਗੁੱਸਾ ਤੁਸੀਂ ਵੀ ਨਾ ਕਰਿਓ। ਇਹ ਬਾਈ ਹੈ ਨਾ, ਬੋਲ ਪਏ ਹੁੰਦੇ, ਚੱਲ ਵੀ ਐਂ ਨੇ ਆਪਾਂ ਮੋੜ ਦੇ ਹੁੰਦੇ ਗਜਾ ਪਾਉਣ ਤੋਂ ਕਿਸੇ ਨੂੰ। ਅੱਜ ਕੱਲ੍ਹ ਕਣਕਾਂ ਦੇ ਬੋਲ ਪਏ, ਢੇਰ ਪਏ ਇਹਨਾਂ ਨੂੰ ਦੇਖਦੇ ਹੁੰਦੇ ਵਿਹੜਿਆਂ 'ਚ, ਪਰ ਉਦੋਂ ਆਪ ਨੂੰ ਪਤਾ ਲੱਗਦਾ ਐਂਡ 'ਤੇ ਜਦੋਂ ਮਾਰਚ ਅਪ੍ਰੈਲ 'ਚ ਕਣਕ ਮੁੱਕ ਜਾਂਦੀ ਹੈ, ਛੁੱਟੀ ਕਰ ਜਾਂਦੀ ਹੈ, ਫਿਰ 5-7 ਮਣ ਕੇ ਤੋਂ ਖਾਣ ਨੂੰ ਰਾਂਢ ਗੁਆਂਢ 'ਚੋਂ ਮੰਗਣੀ ਪੈਂਦੀ ਹੈਗੀ।
ਚੱਤੂ ਡਾਕਟਰ ਆ ਗਿਆ ਗਰਦ ਸਾਨੀ ਹੈ ਹਰਿਆਲੀ ਫੜ ਗਈ ਵੈਸੇ ਪਾਣੀ ਨੀ ਪਾਇਆ ਕਈ ਦਿਨ ਹੋ ਗਏ ਨੌਜਵਾਨਾਂ ਪਾਣੀ ਹੁਣ ਪਾਵਾਂਗੇ ਠੀਕ ਹੈ ਆਜਾ ਉਹਨੂੰ ਪਾਣੀ ਪਿਆ ਦਈਏ ਕਾਲੇ ਨੂੰ ਛੱਤੂ ਉਹਨੂੰ 15-16 ਦਿਨ ਲਗਾਤਾਰ ਮਸ਼ੀਨ ਚਲਾਉਂਦੇ ਰਹੇ ਹੁਣ ਉਹ ਐਂ ਲੱਗੀ ਜਾਂਦਾ ਉਹ ਕੰਡ ਜੀ ਦੇ ਕੋਲੇ ਗਿਆ ਕਿਵੇਂ ਚਲਾਈ ਜਾਂਦਾ ਇਹ ਯਾਰ ਆਪਣੇ ਵਾਲੇ ਚੋਬਰਾਂ ਦਾ ਬਈ ਅੱਜ ਦਾ ਕੰਮ ਰਹੇਗਾ ਉੱਥੇ ਸ਼ਾਇਦ ਅੱਜ ਆ ਸ਼ਾਮ ਨੂੰ ਜਾਂ ਕੱਲ੍ਹ ਨੂੰ ਆ ਜਾਣ ਉੱਥੇ ਮਸ਼ੀਨ ਠੱਲ ਕੇ ਉਹ ਸੜਕ ਸਿੱਧੇ ਬਠਿੰਡੇ ਨੂੰ ਜਾਂਦੇ ਹੋਏ ਪਿੰਡ ਸੂਰਤੀ ਆ ਜਿਹੜਾ ਸਰਸਾ ਕਦੇ ਕਦੇ ਦੱਸ ਦਿੰਦੇ ਹੁੰਦੇ ਕਦੇ ਕਦੇ ਭੁੱਲ ਜਾਂਦੇ ਹੁੰਦੇ ਕਿਉਂ ਬਈ ਆਮਦ ਕੋਈ ਪਾਣੀ ਪਿਆ ਦੇ ਮੈਂ ਤਾਂ 12 ਘੰਟੇ ਸੁੱਤਾ ਹੋਇਆ ਅੱਜ ਤਾਂ ਪੂਰੀ ਟਹਿ ਕੇ ਚਾ ਸਰੀਰ ਬਰਫ਼ ਖਾਣੀ ਹੈ ਬਰਫ਼ ਖਾਣੀ ਹੈਗੀ ਗਰਦ ਠਾਣੀ ਹੈਗੀ ਗਰਦ ਤਾਂ ਕਾਲੇ ਨੇ ਠਾਤੀ ਬੜਾ ਹੋ ਗਿਆ ਬਣੀ ਤੈਨੂੰ ਕਿਹਾ ਤਾਂ ਸੀਗਾ ਤਾਂ ਹੀ ਭਰ ਕੇ ਲੈਂਦੇ ਦਬਲੀ ਆ ਨਾ ਚੱਲ ਟਰਾਲੀ ਕੋਲੇ ਕੱਟੀ ਆ ਪਰੇ ਨੂੰ ਰੱਖ ਲਿਆ ਲਿਆ ਕੋਈ ਨਾ ਜ਼ੋਰ ਨਾਲ ਲਵਾ ਵਾਲਾ ਚੱਲ ਸਿੱਧਾ ਲਿਆ ਸਿੱਧਾ ਉਹ ਥੱਲੇ ਰੱਖ ਥੱਲੇ ਤੜਕੇ ਕਾਲਿਆ ਵਾਲੀ ਪੈਰੀ ਹੋਈ ਹੋਵੇ ਉੱਥੇ ਵੀਡੀਓ ਨਹੀਂ ਬਣਾਈ ਸੀ ਆਪਣੇ ਜਦੋਂ ਟਰਾਲੀ ਪਾਈ ਜਾਂਦੇ ਸੀ ਮੈਂ ਉਵੇਂ ਗੱਲਾਂ ਕਰਦਾ ਕਰਦਾ ਘਰੇ ਵਗ ਗਿਆ ਭਰਾਵਾ ਅਤੇ ਘਰੇ ਆ ਕੇ ਪਤਾ ਲੱਗਿਆ ਵੀਡੀਓ ਤਾਂ ਚੱਲੂ ਨਹੀਂ ਕਰੀ ਸੀ ਗੱਲਾਂ ਫੋਨ ਹੀ ਲਈ ਰਹਿ ਜਾਂਦਾ ਰਿਹਾ ਹੋਰ ਫੌਜੀ ਸਾਹਿਬ ਸਤਿ ਸ਼੍ਰੀ ਅਕਾਲ ਭੱਜ ਲਾ ਓਏ ਆਹ ਵੀ ਬੜੀ ਕੰਮ ਦੀ ਚੀਜ਼ ਬਣਾਈ ਆ ਪਹਿਲਾਂ ਆਹ ਬਹੁਤ ਦਿੱਕਤ ਆਉਂਦੀ ਹੁੰਦੀ ਸੀ ਬਾਈ ਟਰਾਲੀ ਮਗਰ ਆਹ ਨਿੱਪਲ ਬਦਲਵੇਂ ਹੋਏ ਹੁੰਦੇ ਸੀਗੇ ਕੀ ਆ ਤੂੰ ਕਸ ਦੇ ਵਾਸਤੇ ਨੂੰ ਮਾੜਾ ਹਿਸਾਬ ਕਰਕੇ ਤੇ ਹੁਣ ਜਰਕ ਦੇ ਵਾਲਾ ਨਿੱਪਲ ਬਦਲ ਲੈਂਦਾ ਜੀ ਚੂੜੀ ਵਾਲਾ ਉਹ ਇੱਧਰ ਤਾਂ ਫਿਰ ਸਿੱਧਾ ਕੰਮ ਚੱਲ ਜਾਂਦਾ ਨਹੀਂ ਆ ਧੱਕਣ ਵਾਲੇ ਸਿਸਟਮ ਲੱਗਣਾ ਚੂੜੀ ਚੜਾਉਣੀ ਆ ਇਹਦੇ ਕਿਵੇਂ ਉਲਝਿਆ ਫਿਰਦਾ ਤੂੰ ਟਰਾਲੀ ਦਾ ਖੋਲ ਕੇ ਬਦਲਦਾ ਨਾ ਨਾ ਕੱਪੜੇ ਨਹੀਂ ਟਰੈਕਟਰ 'ਚ ਜੈਕ ਲੋੜਾ ਨਾ ਯਾਰਾ ਓਕੇ ਦੀ ਰਿਪੋਰਟ ਬਾਈ ਧੰਨਵਾਦ ਚੱਲ ਆ ਗੱਡੀ ਬੈਕ ਚੱਲ ਇੱਧਰ ਨੂੰ ਰੱਖ ਬੰਨੇ ਬੰਨੀ ਚੱਲ 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 ਹੌਲੀ ਰੱਖੀ ਇੱਧਰ ਸਨ ਬਹੁਤ ਪਿਆ ਇੱਧਰ ਨੂੰ ਹੋਰ ਵੱਟਦੇ ਇੱਧਰ ਨਹੀਂ ਲੱਗਦੀ ਯਾਰ ਉੱਧਰ ਨੂੰ ਵੱਟਦੇ ਹਾਂ ਹਾਂ ਸਹੀ ਆ ਸਹੀ ਆ ਰੋਕ ਲਾ ਬਸ ਖੰਭੇ ਬੰਨੀ ਤਾਂ 1.5 ਫੁੱਟ ਥਾਂ ਪਿਆ ਗਾ ਚੱਕ ਦੇ ਬਸ ਇੱਥੇ ਹੀ ਰੋਕ ਲੋਟਾ ਚੱਲ 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 ਚੱਲ
ਸਹੀ ਆ ਲਿਫਟ ਥੱਲੇ ਕਰ ਲਾ ਮਾੜੀ ਜੀ ਚੱਲ ਤੋਰ ਲਾ ਤੂੜੀ ਪਈ ਆ ਹਜੇ ਇੰਨੀ ਵੀ ਨਾ ਥੱਲੇ ਕਰ ਚੱਲ 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 ਚੈੱਕ ਬਸ ਰੱਖ ਲਾ ਰੱਖ ਲਾ ਅਤੇ ਲਓ ਵੀ ਸਾਡੀ ਟਰਾਲੀ ਰੁੱਸ ਗਈ ਪੰਪ ਤਾਂ ਖੜ੍ਹਾ ਰਹਿ ਗਿਆ ਅਤੇ ਕਈ ਵਾਰੀ ਇਹ ਸਿਸਟਮ ਹੋ ਜਾਂਦਾ ਕਿ ਆਸ਼ੇ ਟਰੈਕਟਰ ਨਾਲ ਹੀ ਹੁੰਦਾ ਕਈ ਵਾਰੀ ਹੋਰਾਂ ਟਰੈਕਟਰ ਨਾਲ ਵੀ ਹੋ ਜਾਂਦਾ ਅਤੇ ਉਦੋਂ ਤੁਸੀਂ ਕੀ ਕਰਨਾ ਗਾ ਫੱਟੀ ਕੱਢ ਦਿਓ ਅਤੇ ਟਰੈਕਟਰ ਭਾਵੇਂ ਬੰਦ ਆ ਭਾਵੇਂ ਸਟਾਰਟ ਆ ਇਹਨੂੰ ਪੰਪ ਮਾਰਨਾ ਤਾਂ ਚੱਕ ਕੇ ਇਹਨੂੰ ਸਿੱਟੀ ਹੋਈ ਆ ਹਾਲੇ ਚੱਕ ਬਈ ਇੰਨਾ ਹੀ ਕੰਮ ਸੀ ਰੂੰਕੇ ਤੇ ਆ ਗਿਆ ਕੰਮ ਰੂੰਕੇ ਤੇ ਹੁਣ ਹਾਂ ਨਹੀਂ ਗਾਲਿਆ ਇਹ ਮੈਂ ਕਿਹਾ ਰੂੰਕੇ ਤੇ ਆ ਗਿਆ ਕੰਮ ਰੂੰਕੇ ਤੇ ਹੁਣ ਸਮਾਪਤੀ ਆ ਕੋਠੀ ਝਾੜੀ ਸਮਝ ਲਾ ਪੈਰ ਨਾ ਪਿੱਛੇ ਰੱਖ ਮੈਂ ਵੀ ਹਿੱਸਾ ਪਾ ਲਿਆ ਦੋ ਬੱਲੀਆਂ ਰਹਿ ਜਾਣ ਦੇ ਚੱਲਦੀ ਗਾਲਾ ਚੱਕ ਦੇ ਰੇਸ ਹੋਏ ਵੀ ਦੋ ਦਾਣੇ ਕੀ ਦਿਹਾੜੀ ਚੱਕ ਭਾਈ ਬਹੁਤ ਬਹੁਤ ਵਧਾਈਆਂ ਪਿੰਦਰ ਤੁਹਾਨੂੰ ਸੀ ਜਾਂਦੀਆਂ ਰੇੜੀ ਜੀ ਬਾਹਲੀ ਭਰੀ ਹੋਈ ਕਣਕ ਥੋੜੀ ਨਿਕਲੀ ਆ ਇਹ ਦਾਣੇ ਨੇ ਤੇਲ ਵੀ ਨੀ ਮੋੜਿਆ ਆਪਣਾ ਹਾਂ ਪਾਇਆ ਬਾਈ ਝਟਪਟ ਦਾ ਹੀ ਕੰਮ ਸੀਗਾ ਬਸ ਉਹਦੇ ਕੋਲੇ ਆ ਹਾਂ ਭਰਾਵਾ ਤੁਸੀਂ ਲਕੋ ਲਗਾ ਲਈ ਗਲਿਆ ਕਿਤੇ ਰੇਹੜੀ ਭਰੀ ਹੋਈ ਸੀ ਤਾਰੀ ਹੋ ਰੇ ਕਿਵੇਂ ਸੋਹਣਾ ਰਿਹਾ ਸੀਜਨ ਬਾਈ ਲੋਟਾ ਸੋਹਣਾ ਕੰਮ ਬਾਈ ਤੂੜੀ ਵਾਲਾ ਚੋਬਰਾਂ ਦਾ ਹੈਲੋ ਹੈਲੋ
ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਤੇ ਅੰਦਰ ਇਹਨਾਂ ਨੇ ਜਮਾਂ ਅੱਡੇ ਬਣਾ ਰੱਖਿਆ ਚੜ੍ਹਦੇ ਚੜ੍ਹਦਾ ਕੰਮ ਜਮਾਂ ਛੱਤ ਨਾਲ ਲਾਇਆ ਹੁੰਦਾ ਤੂੜੀ ਚੋਬਰ ਕਹਿੰਦੇ ਤੇ ਮਿਹਨਤੀ ਨੌਜਵਾਨ ਪਿੰਡ ਦੇ ਭਾਈ ਤਾਰੀ ਹੋ ਰਹੇ ਜਿਵੇਂ ਪਹਿਲਾਂ ਵੀ ਬਾਈ ਆ ਇੱਕ ਦੋ ਵਾਰੀ ਦਿਖਾਇਆ ਗਿਆ ਆਪਣੇ ਬਾਈ ਠੇਕਾ ਮਾਰ ਲੈਂਦੇ ਖੇਤੀਬਾੜੀ ਦਾ ਕੋਈ ਵੀ ਕੰਮ ਹੋਵੇ ਸਿੱਧਾ ਤੇ ਨੰਬਰ ਬਾਈ ਤੁਸੀਂ ਅੱਜ ਦੁਬਾਰਾ ਹੀ ਬੋਲ ਸਕਦੇ ਹੋ ਤਾਰੀ ਆਪਣਾ 8952620 ਤਾਰੀ ਪਿੰਡ ਸੂਰਤੀ ਆ ਕੋਈ ਕਿਸੇ ਨੇ ਸਪਰੇਅ ਕਰਾਉਣੀ ਹੋਵੇ ਕਿਸੇ ਨੇ ਟੋਆ ਟੱਪਾ ਲਵਾਉਣਾ ਹੋਵੇ ਖਾਲੀ ਖੱਪਾ ਕੁਛ ਪਟਵਾਉਣਾ ਹੋਵੇ ਖੇਤ ਵਾਲਾ ਕੋਈ ਵੀ ਕੰਮ ਹੋਵੇ ਸਾਰੇ ਦਾ ਬਾਈ ਠੇਕਾ ਮਾਰ ਲੈਂਦੇ ਆ ਸਿੱਧੇ ਹੀ ਕਹਿੰਦੇ ਤੇ ਅੰਦਰਲੇ ਨੌਜਵਾਨ ਕਹਿੰਦੇ ਅਸੀਂ ਤਾਂ ਰਹਿ ਗਏ ਜੀ ਸਾਡੀ ਤਾਂ ਭਾਈ ਸਪੈਸ਼ਲ ਬਣਾਓ ਵੀਡੀਓ ਆਏ ਆ ਇੱਕ ਪੋਟਾ ਚੜ੍ਹਮਾ ਤੇ ਉਦੋਂ ਕੰਮ ਸਿਰੇ ਤੇ ਹਾਂ ਇੱਕ ਉਦੋਂ ਵੀ ਡੂੰਘਾ ਗਿਆ ਬੈਠਾ ਗਾਲੇ ਇੱਥੇ ਲੋਟਾ ਕੰਮ ਜੀ ਲੱਗਿਆ ਹੋਇਆ ਪੂਰਾ ਹਾਂ ਇਹ ਹੁੰਦੀ ਆ ਬਾਈ ਮਿਹਨਤ ਤੇ ਪਿਛਲੇ ਸਾਲ ਮੈਂ ਬਾਬਾ ਡਿਊਟੀ ਚ ਲਾਈ ਆਪਦੀ ਛਤਲੇ ਚ ਗਾਹਾਂ ਤੂੜੀ ਕਰਨ ਵਾਸਤੇ ਤੇ ਇੱਕ ਦੋ ਵੀਰ ਕਹਿੰਦੇ ਬਾਈ ਕੀ ਖਾਧਾ ਕਈ ਤਾਂ ਪੋਜ਼ਿਟਿਵ ਸੀਗੇ ਇੱਕ ਦੋ ਬਾਈ ਨੈਗੇਟਿਵ ਵੀ ਸੀਗੇ ਕਿ ਮਤਲਬ ਕੋਈ ਖਾ ਪੀ ਕੇ ਹੀ ਕੰਮ ਹੁੰਦਾ ਇਹ ਜਿਹਾ ਬਾਈ ਕੋਈ ਨਹੀਂ ਇਹੋ ਜਿਹੀ ਗੱਲ ਨਹੀਂ ਤੇ ਜਿਹਨੇ ਮਿਹਨਤ ਕਰਨੀ ਉਹ ਬਿਨਾਂ ਕੁਛ ਖਾਧੇ ਪੀਤੇ ਵੀ ਕਰ ਲੈਂਦੇ ਆ ਕਿਉਂ ਬਾਈ ਨੌਜਵਾਨੋ ਗਾਡਰ ਨਾ ਵਿੰਗਾ ਕਰਦੀ ਸਿਰ ਮਾਰ ਕੇ ਖੈਰ ਠੀਕ ਹੈ ਕੰਮ ਬਾਈ ਨੌਜਵਾਨੋ ਰੱਬ ਰਾਜੀ ਖੁਸ਼ੀ ਰੱਖੇ ਤੇ ਇਹ ਵੀ ਕੰਮ ਠੇਕੇ ਤੇ ਚੱਲ ਰਿਹਾ ਤੂੜੀ ਪਾਉਣ ਵਾਲਾ ਹਾਂਜੀ ਕੀ ਰੇਟ ਰੱਖਿਆ ਤੁਸੀਂ ਬਾਈ ਤੂੜੀ ਦਾ ਟਰਾਲੀ 350 ਖੈਰ ਪਿੰਡ 'ਚ ਸਾਰੇ ਚਾਹੀ ਚੱਲ ਰਿਹਾ ਕੋਈ ਭਾਈਚਾਰੇ ਤੇ 10 ਰੁਪਈਏ ਇੱਧਰ ਉੱਧਰ ਕਰ ਲੈਂਦਾ ਗਾ ਅਤੇ ਉਹ ਗੱਲ ਅੱਡ ਹੈਗੀ ਕਿਉਂ ਬਾਈ ਤਾਰੀ ਸਹੀ ਹੈ ਨਾ ਠੀਕ ਆ ਭਾਈ ਨੌਜਵਾਨੋ ਲੈ ਬਾਈ ਇੱਧਰ ਵੀ ਆਹ ਨੌਜਵਾਨ ਬੋਲੀ ਜਾਂਦਾ ਕਿ ਇਹ ਕਹਿੰਦਾ ਮੈਂ ਤਾਂ ਰਹਿ ਹੀ ਗਿਆ ਕਹਿੰਦਾ ਸੰਨੀ ਰਲਾਉਂਦਾ ਤੂੰ ਮੈਨੂੰ ਦਿਖਾਇਆ ਨਹੀਂ ਗਾ ਅਤੇ ਦੇਖੋ ਚੱਲਦੀ ਮਿਸ਼ਨ ਹੈ ਮੜ ਮੜ ਕੇ ਰਲਾਉਂਦਾ ਨਹੀਂ ਕਿਸੇ ਨੂੰ ਤਾਂ ਕੀ ਪਤਾ ਤੂੰ ਲੇਟ ਆ ਕਿ ਵੀ ਤੂੰ ਟਾਈਮ ਤੇ ਰਲਾ ਰਿਹਾ ਆਪਾਂ ਕਿਹੜਾ ਟਾਈਮ ਦੱਸਿਆ ਗਾ ਟਾਈਮ ਤਾਂ ਬਸ 4:00 ਵੱਜਿਆ ਨਾ ਤਾਰੀ 4:15 ਹੋ ਗਏ ਹੋਣਗੇ ਹਾਂ ਕਿਸੇ ਨੂੰ ਨੀ ਪਤਾ ਲੱਗਦਾ ਆਪਾਂ ਕਿਹੜਾ ਕਿਸੇ ਨੂੰ ਦੱਸਿਆ ਗਾ ਕਿ ਨਹੀਂ ਮਾਸੀ ਕਿਸੇ ਨੂੰ ਨੀ ਦੱਸਿਆ ਆਪਾਂ ਚੱਲ ਕੋਈ ਨਾ ਖੈਰ ਠੀਕ ਆ ਭਾਈ ਚੋਬਰ ਨੌਜਵਾਨਾਂ ਨੇ ਬਣਾ ਲਈ ਆ ਤੂੜੀ ਤੇ ਲੋਟਾ ਕੰਮ ਰਾਜੀ ਖੁਸ਼ੀ ਆ ਬਸ ਕਹਿਣ ਦੀ ਗੱਲ ਹੀ ਹੁੰਦੀ ਹੈ ਵਿਹਲੇ ਆ ਫਿਰ ਬਾਬਾ ਵਿਹਲਾ ਉਹ ਗੱਲ ਆ ਹਾਂ ਜਿਹਨੇ ਕਰਨਾ ਬਾਈ ਉਹ ਨਹੀਂ ਵਿਹਲੇ ਹੁੰਦੇ ਲੋਟਾ ਕੰਮ ਆ ਜੀ ਸੁੱਕੀ ਪਈ ਆ ਰਲਾਉਣੇ ਆ ਭਾਈ ਰਲਾਉਣੇ ਤੁਹਾਨੂੰ 2 ਮਿੰਟ ਖੜਾ ਠੀਕ ਤੁਸੀਂ ਮੋਟਾ ਰਖਾਇਆ ਕਰੋ ਮਾੜਾ ਦਾਣਾ ਬਸ ਬਾਲੇ ਘਿਓ ਦੀ ਨਾ ਇਹਨਾਂ ਨੂੰ ਰੀਸਲਾ ਬਾਲਾ ਕਦਾਣਾ ਪਾਉਂਦੇ ਹੋ ਬਾਈ ਤੁਸੀਂ ਯਾਰ ਤੇ ਬਾਕੀ ਬਾਈ ਵੀਡੀਓ ਦੇਖਣ ਵਾਲੇ ਦੱਸੋ ਬਾਈ ਇਹ ਚੰਗਾ ਕਿ ਮਾੜਾ ਕਿ ਕਿੰਨਾ ਪਾਉਣਾ ਚਾਹੀਦਾ ਨਹੀਂ ਜੀ ਪਾਉਣਾ ਚਾਹੀਦਾ ਗਾ ਅਸੀਂ ਤਾਂ ਮਾਸੀ ਹਟਾ ਤਾ ਸੁਭਾਅ ਪਾਉਂਦੇ ਨਹੀਂ ਆ ਹੋਰ ਬੰਮ 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 ਹਿਓ ਹਿਓ ਆ ਗਈ ਮਜ਼ਾ ਆ ਗਿਆ ਲੱਗਦੇ ਮਾਈ ਰੋਟੀ ਠੀਕ ਆ ਬਾਈ ਤੇ ਸਮਾਂ ਹੋ ਗਿਆ 7 ਵਜੇ ਦਾ ਤੇ ਪਿੰਡਾਂ 'ਚ ਜਿਵੇਂ ਆਪਣੇ ਬਾਈ ਤੇ ਵੇਲੇ ਸਿਰ ਹੀ ਰੋਟੀ ਲੱਗ ਜਾਂਦੇ ਹੈਗੇ ਦਿਨ ਖੜੀ ਤੇ ਤੇ ਰੋਟੀ ਪੱਕਦੀ ਆ ਬੇਟਾ ਤੁਸੀਂ ਵੀ ਸਾਰੇ ਚੈਨਲ ਦੇ ਜੁੜੇ ਜਿੰਨੇ ਧੰਨਵਾਦ ਤੁਹਾਡੇ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ
ਤੇ ਜੁੜੇ ਰਹੋ ਚੈਨਲ ਦੇ ਨਾਲ, ਲਾਇਕ ਸ਼ੇਅਰ ਕਮੈਂਟ ਪਹਿਲੀਆਂ ਚ ਕਰਦਿਆ ਕਰੋ, ਦੂਜੀ ਵਾਰ ਵੀ ਸਤਿ ਸ੍ਰੀ ਅਕਾਲ ਤੁਹਾਨੂੰ। ਠੀਕ ਆ ਮਾਈ, ਧੰਨਵਾਦ ਭਾਈ। ਤੇ 7 ਵਜੇ ਦਾ ਵੇਲਾ ਤੇ ਅੱਜ ਦੇ ਜਿਹੜੇ ਮਿੱਥੇ ਹੋਏ ਕੰਮ ਸੀ 2-3 ਕ ਉਹ ਨੇਪਰੇ ਚੜ ਗਏ, ਤੇ ਜਦੋਂ ਆਪਣੇ ਕੰਮ ਰੋਜ਼ ਦੇ ਮਥੇ ਹੋਏ ਸਿਰੇ ਚੜ ਜਾਂਦੇ ਆ ਤੇ ਉਦੋਂ ਐਂ ਮਨ ਨੂੰ ਸਕੂਨ ਜਿਹਾ ਹੁੰਦਾ ਕਿ ਕੋਈ ਅੱਜ ਆਪਾਂ ਕੰਮ ਕਰਿਆ, ਕੰਮ ਨਿਬੇੜਿਆ ਗਾ। ਤੇ ਫਿਲਹਾਲ ਉਵੇਂ ਲਿਬੜੇ ਤਿਬੜੇ ਖੁੜੇ ਲਈ ਫਿਰਦੇ, ਲੋਹਰ ਚੜ੍ਹਾਈ ਹੋਈ ਆ ਤਾਂ ਹਾਂ, ਅਤੇ ਨੀਰੇ ਚਾਰੇ ਤੋਂ ਲੈ ਕੇ ਸਾਰੇ ਕੰਮ ਆਪਦੇ ਨਿਪਟਾ ਲਏ ਆ। ਤੇ ਫਿਲਹਾਲ ਆਪਣੇ ਬਲੌਗ ਦੇ ਨਿਪਟਾਰਾ ਕਰਨ ਵਾਲਾ ਸਮਾਂ ਆ ਗਿਆ, ਅਤੇ ਬਸ ਇੰਨਾ ਕੁ ਸੀ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰਦੇ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਊ, ਤਾਂ ਲਾਈਕ ਕਰਕੇ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿਹੋ ਜਿਹਾ ਪ੍ਰੋਗਰਾਮ ਲੱਗਿਆ ਅਤੇ ਕਿੱਥੋਂ ਤੁਸੀਂ ਦੇਖ ਰਹੇ ਹੋਗੇ। ਅਤੇ ਬਾਕੀ ਮਿਲਦੇ ਹਾਂ ਕੱਲ੍ਹ ਨੂੰ ਨਵਾਂ ਪ੍ਰੋਗਰਾਮ ਲੈ ਕੇ ਸਵੇਰੇ 7 ਵਜੇ। ਜੁੜੇ ਰਹੋ ਚੈਨਲ ਦੇ ਨਾਲ। ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕਰਿਆ, ਸਬਸਕ੍ਰਾਈਬ ਜ਼ਰੂਰ ਕਰ ਲਓ ਵੀਰੇ। ਸਾਫ਼ ਸੁਥਰੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ ਸਾਰੇ ਵੀਰਾਂ ਭੈਣਾਂ ਨੂੰ, ਸਤਿ ਸ਼੍ਰੀ ਅਕਾਲ ਜੀ।